ਤਾਂ ਪੁਲਿਸ ਦੇ ਵੱਲੋਂ ਇੱਕ ਅਜਿਹੇ ਠੱਗ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਨੇ 21 ਜ਼ਿਲ੍ਹਿਆਂ ਦੇ ਲੋਕਾਂ ਤੋਂ 45 ਕਰੋੜ ਦੀ ਠੱਗੀ ਮਾਰੀ ਸੀ। ਇਸ ਸ਼ਖਸ ਦਾ ਨਾਮ ਹੈ ਨੀਰਜ ਅਰੋੜਾ, ਜਿਸ ਨੂੰ ਪੁਲਿਸ ਦੇ ਵੱਲੋਂ ਉੱਤਰਾਖੰਡ ਤੋਂ ਗ੍ਰਿਫਤਾਰ ਕੀਤਾ ਗਿਆ। ਫਰੀਦਕੋਟ ਅਤੇ ਫਾਜ਼ਿਲਕਾ ਪੁਲਿਸ ਨੇ ਸਾਂਝੇ ਆਪਰੇਸ਼ਨ ਦੌਰਾਨ ਇਸ ਨੂੰ ਗ੍ਰਿਫਤਾਰ ਕੀਤਾ। ਪਿਛਲੇ 8-9 ਸਾਲਾਂ ਤੋਂ ਇਹ ਸ਼ਖਸ ਫਰਾਰ ਚੱਲਦਾ ਸੀ, ਤਾਂ ਧੋਖਾਧੜੀ ਦੇ 108 ਮਾਮਲੇ ਇਸ 'ਤੇ ਦਰਜ ਨੇ। 21 ਜ਼ਿਲ੍ਹਿਆਂ ਦੇ ਲੋਕਾਂ ਤੋਂ ਕਰੀਬ 45 ਕਰੋੜ ਦੀ ਠੱਗੀ ਇਸ ਠੱਗ ਦੇ ਵੱਲੋਂ ਮਾਰੀ ਗਈ ਹੈ। ਨੇਚਰ ਹਾਈਟਸ ਇਨਫਰਾ ਲਿਮਿਟਡ ਕੰਪਨੀ ਦੇ ਨਾਮ 'ਤੇ ਇਸ ਸ਼ਖਸ ਦੇ ਵੱਲੋਂ ਪੂਰਾ ਸਕੈਮ ਕੀਤਾ ਗਿਆ। ਮੁਲਜ਼ਮ ਦੇ ਕੋਲੋਂ ਇੱਕ ਲਗਜ਼ਰੀ ਕਾਰ, ਮੋਬਾਈਲ ਫੋਨ, ਜਾਲੀ ਡਾਕੂਮੈਂਟ ਬਰਾਮਦ ਹੋਏ ਨੇ। ਤਾਂ DGP ਗੌਰਵ ਯਾਦਵ ਹੋਰਾਂ ਦੇ ਵੱਲੋਂ ਬਕਾਇਦਾ ਟਵੀਟ ਕਰਕੇ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈ। ਤਾਂ ਇੱਕ ਵੱਡਾ ਠੱਗ ਜਿਸ ਨੇ ਪੰਜਾਬ ਦੇ 21 ਜ਼ਿਲ੍ਹਿਆਂ ਦੇ ਲੋਕਾਂ ਤੋਂ 45 ਕਰੋੜ ਦੀ ਠੱਗੀ ਮਾਰੀ, ਪੈਸੇ ਲੈ ਕੇ ਫਰਾਰ ਹੋਇਆ, 8-9 ਸਾਲਾਂ ਤੋਂ ਭੰਗੌੜਾ ਸੀ, ਤਾਂ ਉਸਨੂੰ ਫਰੀਦਕੋਟ ਅਤੇ ਫਾਜ਼ਿਲਕਾ ਪੁਲਿਸ ਨੇ ਸਾਂਝੇ ਆਪਰੇਸ਼ਨ ਦੌਰਾਨ ਗ੍ਰਿਫਤਾਰ ਕੀਤਾ। ਇਸ ਮੁਲਜ਼ਮ ਤੋਂ ਇੱਕ ਲਗਜ਼ਰੀ ਕਾਰ, ਮੋਬਾਈਲ ਫੋਨ ਅਤੇ ਜਾਲੀ ਡਾਕੂਮੈਂਟ ਬਰਾਮਦ ਹੋਏ ਨੇ। DGP ਗੌਰਵ ਯਾਦਵ ਦੇ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਗਈ। ਤਾਂ ਦੱਸ ਦਈਏ ਕਿ ਪੰਜਾਬ ਦੇ ਵਿੱਚ ਕਰੋੜਾਂ ਦੀ ਠੱਗੀ ਮਾਰਨ ਵਾਲਾ ਨੀਰਜ ਅਰੋੜਾ ਉੱਤਰਾਖੰਡ ਤੋਂ ਗ੍ਰਿਫਤਾਰ ਕੀਤਾ ਗਿਆ। 108 ਦੇ ਕਰੀਬ ਧੋਖਾਧੜੀ ਦੇ ਮਾਮਲੇ ਇਸ ਨੀਰਜ ਅਰੋੜਾ ਦੇ ਨਾਮ ਦੇ ਸ਼ਖਸ 'ਤੇ ਦਰਜ ਨੇ। ਤਾਂ ਪੁਲਿਸ ਦੇ ਵੱਲੋਂ ਇੱਕ ਅਜਿਹੇ ਠੱਗ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਨੇ 21 ਜ਼ਿਲ੍ਹਿਆਂ ਦੇ ਲੋਕਾਂ ਤੋਂ 45 ਕਰੋੜ ਦੀ ਠੱਗੀ ਮਾਰੀ ਸੀ। ਇਸ ਸ਼ਖਸ ਦਾ ਨਾਮ ਹੈ ਨੀਰਜ ਅਰੋੜਾ, ਜਿਸ ਨੂੰ ਪੁਲਿਸ ਦੇ ਵੱਲੋਂ ਉੱਤਰਾਖੰਡ ਤੋਂ ਗ੍ਰਿਫਤਾਰ ਕੀਤਾ ਗਿਆ। ਫਰੀਦਕੋਟ ਅਤੇ ਫਾਜ਼ਿਲਕਾ ਪੁਲਿਸ ਨੇ ਸਾਂਝੇ ਆਪਰੇਸ਼ਨ ਦੌਰਾਨ ਇਸ ਨੂੰ ਗ੍ਰਿਫਤਾਰ ਕੀਤਾ। ਪਿਛਲੇ 8-9 ਸਾਲਾਂ ਤੋਂ ਇਹ ਸ਼ਖਸ ਫਰਾਰ ਚੱਲਦਾ ਸੀ, ਤਾਂ ਧੋਖਾਧੜੀ ਦੇ 108 ਮਾਮਲੇ ਇਸ 'ਤੇ ਦਰਜ ਨੇ। 21 ਜ਼ਿਲ੍ਹਿਆਂ ਦੇ ਲੋਕਾਂ ਤੋਂ ਕਰੀਬ 45 ਕਰੋੜ ਦੀ ਠੱਗੀ ਇਸ ਠੱਗ ਦੇ ਵੱਲੋਂ ਮਾਰੀ ਗਈ ਹੈ। ਨੇਚਰ ਹਾਈਟਸ ਇਨਫਰਾ ਲਿਮਿਟਡ ਕੰਪਨੀ ਦੇ ਨਾਮ 'ਤੇ ਇਸ ਸ਼ਖਸ ਦੇ ਵੱਲੋਂ ਪੂਰਾ ਸਕੈਮ ਕੀਤਾ ਗਿਆ। ਮੁਲਜ਼ਮ ਦੇ ਕੋਲੋਂ ਇੱਕ ਲਗਜ਼ਰੀ ਕਾਰ, ਮੋਬਾਈਲ ਫੋਨ, ਜਾਲੀ ਡਾਕੂਮੈਂਟ ਬਰਾਮਦ ਹੋਏ ਨੇ। ਤਾਂ DGP ਗੌਰਵ ਯਾਦਵ ਹੋਰਾਂ ਦੇ ਵੱਲੋਂ ਬਕਾਇਦਾ ਟਵੀਟ ਕਰਕੇ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈ। ਤਾਂ ਇੱਕ ਵੱਡਾ ਠੱਗ ਜਿਸ ਨੇ ਪੰਜਾਬ ਦੇ 21 ਜ਼ਿਲ੍ਹਿਆਂ ਦੇ ਲੋਕਾਂ ਤੋਂ 45 ਕਰੋੜ ਦੀ ਠੱਗੀ ਮਾਰੀ, ਪੈਸੇ ਲੈ ਕੇ ਫਰਾਰ ਹੋਇਆ, 8-9 ਸਾਲਾਂ ਤੋਂ ਭੰਗੌੜਾ ਸੀ, ਤਾਂ ਉਸਨੂੰ ਫਰੀਦਕੋਟ ਅਤੇ ਫਾਜ਼ਿਲਕਾ ਪੁਲਿਸ ਨੇ ਸਾਂਝੇ ਆਪਰੇਸ਼ਨ ਦੌਰਾਨ ਗ੍ਰਿਫਤਾਰ ਕੀਤਾ। ਇਸ ਮੁਲਜ਼ਮ ਤੋਂ ਇੱਕ ਲਗਜ਼ਰੀ ਕਾਰ, ਮੋਬਾਈਲ ਫੋਨ ਅਤੇ ਜਾਲੀ ਡਾਕੂਮੈਂਟ ਬਰਾਮਦ ਹੋਏ ਨੇ। DGP ਗੌਰਵ ਯਾਦਵ ਦੇ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਗਈ। ਤਾਂ ਦੱਸ ਦਈਏ ਕਿ ਪੰਜਾਬ ਦੇ ਵਿੱਚ ਕਰੋੜਾਂ ਦੀ ਠੱਗੀ ਮਾਰਨ ਵਾਲਾ ਨੀਰਜ ਅਰੋੜਾ ਉੱਤਰਾਖੰਡ ਤੋਂ ਗ੍ਰਿਫਤਾਰ ਕੀਤਾ ਗਿਆ। 108 ਦੇ ਕਰੀਬ ਧੋਖਾਧੜੀ ਦੇ ਮਾਮਲੇ ਇਸ ਨੀਰਜ ਅਰੋੜਾ ਦੇ ਨਾਮ ਦੇ ਸ਼ਖਸ 'ਤੇ ਦਰਜ ਨੇ।